ਗੱਲ ਕਰੀਏ ਪੰਜਾਬ ਦੀ, ਇੱਥੇ ਅਜੇ ਹੁਣੇ ਹੁਣੇ ਜਦੋਂ ਲੋਕ ਸਭਾ ਚੋਣਾਂ ਹੋਈਆਂ ਅਤੇ ਜਲੰਧਰ ਦੀ ਲੋਕ ਸਭਾ ਸੀਟ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿੱਤੀ ਸੀ। ਉਹ ਚਰਨਜੀਤ ਸਿੰਘ ਚੰਨੀ ਦੇ ਸੀਟ ਜਿੱਤਣ ਤੋਂ ਬਾਅਦ ਫਿਰ ਇਹ ਕਿਹਾ ਜਾ ਰਿਹਾ ਸੀ ਕਿ ਜਲੰਧਰ ਪੱਛਮੀ ਦਾ ਜਿਹੜਾ ਹਲਕਾ ਅਸੈਂਬਲੀ ਹਲਕਾ, ਉੱਥੇ ਸ਼ੀਤਲ ਅੰਗਰਾਲ ਦੇ ਅਸਤੀਫਾ ਦੇਣ ਤੋਂ ਬਾਅਦ ਔਰ ਜਿਹੜਾ ਸੁਸ਼ੀਲ ਰਿੰਕੂ ਪਿਛਲੀ ਵਾਰੀ ਆਮ ਆਦਮੀ ਪਾਰਟੀ ਵੱਲੋਂ MP ਬਣਿਆ ਸੀ, ਇਸ ਵਾਰੀ ਭਾਜਪਾ ਵੱਲੋਂ ਚੋਣ ਲੜੀ ਪਰ ਹਾਰ ਗਿਆ, ਇਹ ਦੋਵੇਂ ਉਸ ਇਲਾਕੇ 'ਚ ਬੜੇ ਤੜਵੈਲ ਗਿਣੇ ਜਾਂਦੇ ਗਏ। ਇਹਨਾਂ ਦੋਵਾਂ ਦਾ ਇਕੱਠੇ ਹੋਣਾ ਇਹ ਆਮ ਆਦਮੀ ਪਾਰਟੀ ਦਾ ਰਾਹ ਰੋਕੇਗਾ, ਉਹ ਕੋਈ ਰਾਹ ਨਹੀਂ ਰੋਕ ਸਕੇ। ਸ਼ੀਤਲ ਅੰਗਰਾਲ ਬੜੀ ਬੁਰੀ ਤਰ੍ਹਾਂ ਹਾਰ ਗਿਆ ਜੀ। ਇਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਚੱਲਦੀਆਂ, ਜਦ ਤੱਕ ਚੋਣ ਨਹੀਂ ਹੋ ਗਈ, ਜਦ ਤੱਕ ਨਤੀਜਾ ਨਹੀਂ ਆ ਗਿਆ, ਸਾਰਿਆਂ ਦਾ ਧਿਆਨ ਸਿਰਫ ਅਕਾਲੀ ਦਲ 'ਤੇ ਸੀ ਕਿ ਇਹਨਾਂ ਨੇ ਇੱਕ ਬੀਬੀ ਨੂੰ ਟਿਕਟ ਆਪ ਦਿੱਤੀ, ਚੋਣ ਨਿਸ਼ਾਨ ਦਵਾਇਆ ਅਤੇ ਮੁੜ ਕੇ ਕਹਿ ਦਿੱਤਾ ਸਾਡੀ ਉਮੀਦਵਾਰ ਨਹੀਂ। ਇਹਦਾ ਸਾਊ ਲੋਕਾਂ 'ਚ ਬੁਰਾ ਅਸਰ ਗਿਆ, ਉਹ ਕਹਿੰਦੇ ਜੀ ਪਾਰਟੀ ਵਿੱਚ ਪਾਟਕ ਪੈ ਗਿਆ ਸੀ, ਇੱਕ ਦੀ ਥਾਂ ਦੋ ਧੜੇ ਬਣ ਗਏ ਸੀ ਜੀ, ਦੋ ਦੇ ਚਾਰ ਵੀ ਬਣ ਜਾਂਦੇ। ਜਿਹਨੂੰ ਉਹਨਾਂ ਨੇ ਚੋਣ ਨਿਸ਼ਾਨ ਆਪ ਦਵਾਇਆ ਸੀ ਉਹਨੂੰ ਚੋਣ ਲੜਨ ਦੇਣੀ ਚਾਹੀਦੀ ਸੀ, ਉਹਦੇ ਨਾਲ ਧੋਖਾ ਨਹੀਂ ਸੀ ਇਸ ਤਰ੍ਹਾਂ ਕਰਨਾ ਚਾਹੀਦਾ ਜੀ। ਇਹ ਚਰਚਾ ਤਾਂ ਉਹਨਾਂ ਦੀ ਸੀ, ਉਹਨਾਂ ਨੂੰ ਪਾਸੇ ਛੱਡ ਦਿਓ। ਹੁਣ ਦੂਸਰੇ ਪਾਸਿਓਂ ਚਰਚਾ ਇਹ ਚੱਲਦੀ ਪਈ ਹੈ ਕਿ ਇਹਨਾਂ ਨੇ ਅਕਾਲੀ ਦਲ ਨੇ ਉਸ ਬੀਬੀ ਨੂੰ ਛੱਡ ਕੇ BSP ਦੀ ਮਦਦ ਕੀਤੀ ਅਤੇ BSP ਦੀ ਇਹਨਾਂ ਦੀ ਮਦਦ ਅਤੇ BSP ਦੀ ਆਪਣੀ ਵੋਟ ਰਲਾ ਕੇ ਉਸ ਬੀਬੀ ਜਿਹਨੂੰ ਇਹਨਾਂ ਨੇ ਕਹਿਤਾ ਸਾਡੀ ਉਮੀਦਵਾਰ ਨਹੀਂ, ਉਹਦੇ ਨਾਲ ਉਹ ਘੱਟ ਰਹਿ ਗਈ। ਹੁਣ BSP ਵਾਲੇ ਆਖਣਗੇ ਅਸੀਂ ਇਹਨਾਂ ਦੀ ਹਮਾਇਤ ਲਿਖ ਕੇ ਖੱਟਿਆ ਕੀ, ਬੇਇੱਜ਼ਤੀ ਉਹਨਾਂ ਦੀ ਵੀ ਹੋ ਗਈ ਇਹਨਾਂ ਦੀ ਵੀ ਹੋ ਗਈ, ਉਹ ਸਮਝਦੇ ਆ ਕਿ ਇਹਨਾਂ ਨੇ ਕਰਾਤੀ ਇਹਨਾਂ ਦਾ ਕਰਕੇ ਸਾਡੀਆਂ ਵੋਟਾਂ ਘੱਟ ਗਈਆਂ ਨੇ। ਤੀਸਰੀ ਗੱਲ ਇਹ ਕਿ ਸ਼ੀਤਲ ਅੰਗਰਾਲ ਹਾਰ ਗਿਆ, ਉਹ ਭਾਜਪਾ ਦਾ ਸੀ, ਦੂਸਰੇ ਪਾਸੇ ਉਹ ਕਾਂਗਰਸ ਪਾਰਟੀ ਨੇ ਬੀਬੀ ਖੜੀ ਕੀਤੀ ਉਹ ਵੀ ਹਾਰ ਗਈ। ਕਾਂਗਰਸ ਪਾਰਟੀ ਦੀ ਉਮੀਦਵਾਰ ਦਾ ਹਾਰਨਾ ਅਸਲ 'ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਰ ਗਿਣੀ ਜਾਂਦੀ ਹੈ। ਉਹ ਪਾਰਲੀਮੈਂਟ ਸੀਟ ਜਿੱਤਣ ਤੋਂ ਬਾਅਦ, ਕਿਉਂਕਿ ਬਹੁਤ ਵੱਡੇ ਮਾਰਜਨ 'ਤੇ ਜਿੱਤਿਆ ਸੀ, ਦੂਸਰਾ ਵੱਡਾ ਫਰਕ ਸੀਗਾ ਪੰਜਾਬ ਦੇ ਵਿੱਚ ਉਹਦਾ, ਸਾਰੇ ਸਮਝਦੇ ਸੀ ਕਿ ਉਹਦੇ ਦਬਾਅ ਥੱਲੇ ਇਹ ਜਿਹੜੀ ਜਲੰਧਰ ਪੱਛਮੀ ਹਲਕੇ ਦੀ ਚੋਣ ਹੈ ਉਹ ਵੀ ਜਿੱਤੀ ਜਾਣੀ ਹੈ। ਪਰ ਹੁਣ ਜਿਹੜੀਆਂ ਖਬਰਾਂ ਨਿਕਲਦੀਆਂ ਪਈਆਂ ਚੱਲਦੀ ਚੋਣ ਵਿੱਚ ਵੀ ਆਉਂਦੀਆਂ, ਪਰ ਅਸੀਂ ਯਕੀਨ ਨਹੀਂ ਸਾਂ ਕਰਦੇ, ਉਹ ਇਹ ਸੀ ਕਿ ਚਰਨਜੀਤ ਸਿੰਘ ਚੰਨੀ ਇੱਕ ਖੇਡ ਖੇਡਦਾ ਪਿਆ ਜਿਹਦੇ ਵਿੱਚ ਉਹ ਆਪਣੇ ਆਪ ਨੂੰ ਬਹੁਤ ਤੇਜ਼ੀ ਨਾਲ ਉਭਾਰ ਰਿਹਾ, ਅਤੇ ਬਾਕੀ ਦੇ ਧੜਿਆਂ ਨੇ ਸੋਚਿਆ ਕਿ ਇਹਦਾ ਉਭਾਰ ਨਹੀਂ ਹੋਣ ਦੇਣਾ ਚਾਹੀਦਾ। ਉਹਨਾਂ ਧੜਿਆਂ ਨੇ ਨਾਲ ਤਾਂ ਤੁਰਦੇ ਰਹੇ ਪਰ ਦਿਲੋਂ ਮਦਦ ਨਹੀਂ ਕੀਤੀ। ਇਹੋ ਹੀ ਗੱਲ ਭਾਜਪਾ ਵਾਲਿਆਂ 'ਚ ਹੈ ਕਿ ਸ਼ੀਤਲ ਅੰਗਰਾਲ ਨੂੰ ਟਿਕਟ ਦੇ ਦਿੱਤੀ, ਜਿਹੜੇ ਸਥਾਨਕ ਭਾਜਪਾ ਲੀਡਰ 40-40 ਸਾਲਾਂ ਤੋਂ ਭਾਜਪਾ ਦੀਆਂ ਦਰੀਆਂ ਝਾੜਦੇ ਰਹੇ, ਪੂਰੀ ਤਰ੍ਹਾਂ ਨਾਲ ਨਹੀਂ ਤੁਰੇ। ਨਤੀਜਾ ਇਹ ਹੈ ਕਿ ਜਲੰਧਰ 'ਚ ਕਾਂਗਰਸ ਵੀ ਹਾਰ ਗਈ, ਭਾਜਪਾ ਵੀ, ਅਤੇ ਆਮ ਆਦਮੀ ਪਾਰਟੀ ਸੀਟ ਜਿੱਤ ਗਈ ਹੈ।